ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਦੇ ਪੰਜਾਬ ਦੀ ਬਾਤ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾਣੇ ਕਰਨ ਜਾ ਰਹੇ ਹੈਗੇ ਆ ਕਿ ਸੁਨਾਮ ਉਦਮ ਸਿੰਘ ਵਾਲਾ ਦੇ ਵਿਧਾਇਕ ਸ਼੍ਰੀ ਅਮਨ ਅਰੋੜਾ ਜੀ ਨਾਲ ਅਮਨ ਜੀ ਤੁਹਾਡਾ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਸਵਾਗਤ ਹੈ ਤੇ ਅਸੀਂ ਸਾਰੇ ਚੈਨਲ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਪੁੱਛਣਾ ਚਾਹੁੰਦੇ ਆ ਕਿ ਲਾਕਡਾਊਨ ਦੇ ਜੋ ਹੈ ਪੰਜਾਬ ਤੋਂ ਵਧੇਰੇ ਸਾ ਜਿੰਨੇ ਜਿਹੜੇ ਗੁਜ਼ਰ ਚੁੱਕੇ ਹੈਗੇ ਨੇ ਤੇ ਇਸ ਦੌਰਾਨ ਜੇਕਰ ਸਮਾਂ ਸਪੈਂਡ ਕਰਨ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਤੁਸੀਂ ਆਪਣਾ ਟਾਈਮ ਸਪੈਂਡ ਲਈ ਕੋਈ ਸਰੇ ਕੇ ਟਾਈਮ ਸਪੈਂਡ ਜਿਹੜਾ ਬੇਸਿਕਲੀ ਪ੍ਰਾਇੋਰਟੀ ਤਾਂ ਉਹੀ ਰਹਿੰਦੀ ਹੈ ਕਿ ਲੋਕ ਸੇਵਾ ਦੇ ਵਿੱਚ ਹੀ ਜ਼ਿਆਦਾ ਸਮਾਂ ਨਿਕਲ ਜਾਂਦਾ ਪਰ ਹਾਂ ਡੈਫੀਨੇਟਲੀ ਉਹ ਕਰਨ ਦੇ ਤੌਰ ਤਰੀਕੇ ਨੇ ਜਿਹੜੇ ਉਹ ਬਦਲ ਗਏ ਨੇ ਜਿੱਥੇ ਅੱਗੇ ਬਹੁਤ ਸਮਾਂ ਟਰੈਵਲਿੰਗ ਦੇ ਵਿੱਚ ਨਿਕਲ ਜਾਂਦਾ ਸੀ ਕੋ ਕੋ ਪੋਲਿਟਿਕਲ ਰੈਲੀਆਂ ਆ ਗਈਆਂ ਪੋਲਿਟਿਕਲ ਫੰਕਸ਼ਨਸ ਆ ਗਏ ਵਿਆਹ ਸ਼ਾਦੀਆਂ ਭੋਗ ਆ ਗਏ ਹੁਣ ਉਹ ਚੀਜ਼ਾਂ ਬੰਦ ਨੇ ਰੋਜ਼ ਸਵੇਰੇ ਉਹੀ 9:30 10:00 ਵਜੇ ਆ ਕੇ ਦਫ਼ਤਰ ਬੈਠ ਜਾਂਦੇ ਥੋੜਾ ਜਿਹਾ ਰਿਲੈਕਸਡ ਹੋ ਕੇ ਅੱਗੇ ਨਾਲ ਦਫ਼ਤਰ ਬੈਠ ਜਾਂਦੇ ਆ ਲੋਕਾਂ ਦੇ ਕਿਸੇ ਨੂੰ ਕੋਈ ਰਾਸ਼ਨ ਦੀ ਦਿੱਕਤ ਆ ਰਹੀ ਹੈ ਕਿਸੇ ਨੂੰ ਕੋਈ ਟਰਾਂਜ਼ਿਟ ਪਾਸੇ ਦੀ ਦਿੱਕਤ ਹੈ ਕਿਸੇ ਨੂੰ ਕੋਈ ਹੈਲਥ케ਅਰ ਸਿਸਟਮ ਦੀ ਰਿਕੁਆਇਰਮੈਂਟ ਹੈ ਲੋਕਾਂ ਦਾ ਐਡਮਿਨਿਸਟ੍ਰੇਸ਼ਨ ਦੇ ਨਾਲ ਟਾਈ ਅਪ ਕਰਨਾ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਆਫਿਸ ਦੇ ਵਿੱਚ ਬੈਠ ਕੇ ਕਰੀਦੀਆਂ ਨੇ ਤੇ ਬਾਕੀ ਜਿਹੜਾ ਸਮਾਂ ਉਹ ਥੋੜਾ ਬਹੁਤ ਡੈਫੀਨਿਟਲੀ ਇਸ ਇਨਾ ਲੰਮਾ ਸਮਾਂ ਕਦੇ ਪਰਿਵਾਰ ਦੇ ਵਿੱਚ ਨਹੀਂ ਮਿਲਿਆ ਸੀਗਾ ਬਤਾਉਣ ਦੇ ਲਈ ਤੇ ਪਹਿਲਾਂ ਜਿੱਥੇ ਹੁਣ ਮਦਰ ਤੇ ਫੈਮਿਲੀ ਸਾਰੀ ਜਿਹੜੀ ਕਹਿੰਦੀ ਹੈ ਵੀ ਪਹਿਲਾਂ ਤੈਨੂੰ ਰੋਕ ਦਿੰਦੇ ਸਾਡਾ ਟਾਈਮ ਸਪੈਂਡ ਕਰ ਲੈ ਤੇ ਹੁਣ ਬਾਹਰ ਨਿਕਲ ਕੇ ਦਿਖਾਓ ਸੋ ਮਜ਼ਾਕ ਵੀ ਢਾਉਂਦੇ ਨੇ ਮੇਰਾ ਬਿਲਕੁਲ ਬਿਲਕੁਲ ਜੇਕਰ ਆਉਣ ਵਾਲੇ ਸਮੇਂ ਦੀ ਪਲੈਨਿੰਗ ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਆਰਥਿਕ ਤੌਰ ਤੇ ਤੁਹਾਡੇ ਇਲਾਕੇ ਦੇ ਲੋਕ ਟੁੱਟ ਗਏ ਹੋਣਗੇ ਤੇ ਉਹਨਾਂ ਨੂੰ ਖੜਾ ਕਰਨਾ ਜਾਂ ਉਹਦੇ ਵਾਸਤੇ ਕਿਸ ਤਰ੍ਹਾਂ ਦੀ ਪਲੈਨਿੰਗ ਤੁਸੀਂ ਸੋਚਦੇ ਆ ਦੇਖੋ ਇਸ ਤਰ੍ਹਾਂ ਕੀ ਲੰਮਾ ਸਮਾਂ ਇਕਨੋਮੀ ਨੂੰ ਬੰਨਤਾ ਨਹੀਂ ਰੱਖਿਆ ਜਾ ਸਕਦਾ ਹੌਲੀ ਹੌਲੀ ਇਹ ਲੋਕਡਾਊਨ ਨੇ ਖੋਲਣਾ ਪਏਗਾ ਕਰਫਿਊ ਚੱਕਣੇ ਪੈਣਗੇ ਪਰ ਡੈਫੀਨਿਟਲੀ ਯੈਸ ਜਿਹੜਾ ਵੇ ਆਫ ਵਰਕਿੰਗ ਹੈ ਜਿਹੜਾ ਸਟਾਈਲ ਹੈ ਸਟਾਈਲ ਆਫ ਲਿਵਿੰਗ ਹੈ ਉਹ ਬਦਲ ਜਾਣਾ ਤੇ ਕਰੋਨਾ ਨੂੰ ਆਪਾਂ ਨੂੰ ਇਹ ਮੰਨ ਕੇ ਚੱਲ ਪੈਣਾ ਵੀ ਹੁਣ ਇਹ ਆਪਣੀ ਜ਼ਿੰਦਗੀ ਦਾ ਹਿੱਸਾ ਹੈ ਜਿਹੜਾ ਉਹ ਬਣ ਜਾਣਾ ਇਕਨੋਮੀ ਹੌਲੀ ਹੌਲੀ ਕਰਕੇ ਖੋਲੀ ਪੈਣੀ ਹੈ ਅ ਔਰ ਇੰਡਸਟਰੀ ਨੂੰ ਜਿਹੜੀਆਂ ਰਹਿਤਾਂ ਨੇ ਉਹ ਦੇਣੀਆਂ ਪੈਣੀਆਂ ਨੇ ਜੋ ਜੋ ਗਵਰਨਮੈਂਟ ਦੇ ਪਾਰਟ ਦੇ ਸਟੇਟ ਜਾਂ ਸੈਂਟਰਲ ਗਵਰਨਮੈਂਟ ਦੇ ਪਾਰਟ ਦੇ ਉੱਪਰ ਹੋਣਾ ਚਾਹੀਦਾ ਉਹਨਾਂ ਦੀ ਬਾਹ ਫੜ ਕੇ ਇੱਕ ਵਾਰੀ ਇੰਡਸਟਰੀ ਨੂੰ ਦੁਬਾਰਾ ਚਲਾਉਣਾ ਪੈਣਾ ਹੈ ਤੁਸੀਂ ਬਾਹਰਲੇ ਮੁਲਕਾਂ ਦੀ ਜੇ ਆਪਾਂ ਗੱਲ ਕਰ ਲਈ ਬਹੁਤ ਵੱਡੇ ਵੱਡੇ ਪੈਕੇਜ ਨੇ ਜਿਹੜੇ ਲੋਕਾਂ ਨੂੰ ਵਪਾਰੀਆਂ ਨੂੰ ਆਮ ਲੋਕਾਂ ਨੂੰ ਵੀ ਦਿੰਦੇ ਨੇ ਪਰ ਹਜੇ ਤੱਕ ਅਨਫੋਰਚੂਨੇਟਲੀ ਸਾਡੀਆਂ ਦੋਨੋਂ ਸਰਕਾਰਾਂ ਨੇ ਉਸ ਤਰ੍ਹਾਂ ਦੇ ਪੈਕੇਜ ਕੋਈ ਨਹੀਂ ਅਨਾਉਂਸ ਕੀਤੇ ਹੈਗੇ ਜਿੱਥੇ ਤੱਕ ਵਪਾਰਾਂ ਨੂੰ ਦੁਬਾਰਾ ਚਾਲੂ ਕਰਨ ਦਾ ਸਤ ਸਭ ਇੱਕ ਚੀਜ਼ ਧਿਆਨ ਦੇ ਵਿੱਚ ਰੱਖੋ ਕਿ ਇਹ ਠੀਕ ਹੈ ਕਿ ਅੱਜ 노 ਡਾਊਟ ਪੰਜਾਬ ਦੀ ਇਕਨੋਮੀ ਦਾ ਹਾਲ ਹੈ ਜਿਹੜਾ ਉਹ ਬਹੁਤ ਬੁਰਾ ਹੋਇਆ ਪਿਆ ਹੈ ਉਹ ਇਸ ਕਰਕੇ ਨਹੀਂ ਬੁਰਾ ਹੋਇਆ ਕਿਉਂਕਿ ਸਾਨੂੰ ਕਰੋਨਾ ਨੇ ਹਿੱਟ ਕੀਤਾ ਕਰੋਨਾ ਨੂੰ ਤਾਂ ਸਾਰੀ ਦੁਨੀਆ ਨੇ ਹਿੱਟ ਕੀਤਾ ਸਾਡਾ ਬੁਰਾ ਹਾਲ ਇਸ ਕਰਕੇ ਜ਼ਿਆਦਾ ਹੋ ਗਿਆ ਕਿਉਂਕਿ ਪੰਜਾਬ ਦੇ ਵਿੱਚ ਆਲਰੇਡੀ ਜਿਹੜੇ ਰੈਵਨਿਊ ਰਿਸੋਰਸਸ ਨੇ ਉਹ ਖਤਮ ਕਰ ਲੇ ਤੇ ਉਹਨਾਂ ਨੂੰ ਮਾਫੀਆਜ਼ ਦੇ ਵਿੱਚ ਕਨਵਰਟ ਕਰ ਦਿੱਤਾ ਪੈਸੀ ਦੀ ਜਨਰੇਸ਼ਨ ਇਥੇ ਪਹਿਲਾਂ ਹੀ ਬਹੁਤ ਘੱਟ ਹੈ ਹੁਣ ਪੰਜਾਬ ਮੈਂ ਇਹ ਮੰਨ ਕੇ ਚੱਲਦਾ ਮੇਰੀ ਬੜੀ ਫਾਰਮ ਬਿਲੀਵਿੰਗ ਬਿਲੀਵਿੰਗ ਹੈ ਕਿ ਜੇ ਆਪਾਂ ਕਰੋਨਾ ਦੀ ਮਾਰ ਦੇਖੀਏ ਤਾਂ ਕਰੋਨਾ ਦੀ ਮਾਰ ਸਾਰਿਆਂ ਨਾਲੋਂ ਘੱਟ ਜਿੱਥੇ ਪੈਣੀ ਚਾਹੀਦੀ ਉਹ ਪੰਜਾਬ ਤੇ ਪੈਣੀ ਚਾਹੀਦੀ ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਇਹ ਹੈ ਕਿ ਪੰਜਾਬ ਅਗਰੀਰੀਅਨ ਸਟੇਟ ਹੈ ਖੇਤੀ ਪ੍ਰਧਾਨ ਸੂਬਾ ਖੇਤੀ ਪ੍ਰਧਾਨ ਸੂਬੇ ਦੇ ਜਿਵੇਂ ਹੁਣ ਆਪਾਂ ਸਪੋਜ਼ ਕਣਕ ਦੀ ਫਸਲ ਵੇਚੀ ਗਈ ਹੈ ਇਹਦੇ ਨਾਲ 2600 ਕਰੋੜ ਹੈ ਜਿਹੜਾ ਉਹ ਲੋਕਾਂ ਦੇ ਕੋਲ ਪੈਸਾ ਆ ਗਿਆ ਸਰਕੂਲੇਸ਼ਨ ਦੇ ਵਿੱਚ ਪੈਸਾ ਆ ਗਿਆ ਜਿਹਦੇ ਤੋਂ 3000 ਕਰੋੜ ਹੈ ਜਿਹੜਾ ਉਹ ਸਟੇਟ ਗਵਰਨਮੈਂਟ ਨੇ ਕਮਾ ਲਿਆ ਬਾਕੀ ਸਾਰੀਆਂ ਸਟੇਟਾਂ ਦੀ ਇੰਡਸਟਰੀ ਜਿਹੜੀ ਉਹ ਬੰਦ ਪਈ ਹੈ ਪਰ ਅਗਰੀਰੀਅਨ ਸਟੇਟ ਹੋਣ ਕਰਕੇ ਇੱਥੇ ਕੰਮ ਚੱਲ ਰਿਹਾ ਹੈ ਸੋ ਇਸ ਕਰਕੇ ਇਹਨਾਂ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਆਪਾਂ ਡੈਫੀਨਿਟਲੀ ਯੈਸ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਰਿਸੋਰਸਸ ਤੋਂ ਪੈਸਾ ਆ ਸਕਦਾ ਸੀਗਾ ਸਰਕਾਰਾਂ ਕੋਲੇ ਉਹ ਨਾ ਪਿਛਲੀ ਸਰਕਾਰ ਨੇ ਨਾ ਇਹ ਸਰਕਾਰ ਨੇ ਉਹ ਖਜ਼ਾਨੇ ਚ ਲੈ ਕੇ ਆਉਣ ਦੀ ਬਜਾਏ ਆਪਦੀ ਜੇਬਾਂ ਲੈ ਜਾਣਾ ਸ਼ੁਰੂ ਕਰ ਦਿੱਤਾ ਜਿਸ ਦੀ ਕਰਕੇ ਕਰਜ਼ੇ ਦੀ ਪੰਡ ਹੈ ਜਿਹੜੀ ਉਹ ਬਹੁਤ ਵੱਡੀ ਔਰ ਭਾਰੀ ਹੋ ਗਈ ਜਿਹਦੇ ਕਰਕੇ ਦਿੱਕਤ ਆ ਰਹੀ ਹੈ ਪਰ ਮੈਂ ਸਮਝਦਾ ਕਿ ਇਹ ਇਹ ਪੋਸੀਬਲ ਹੈ ਇਸ ਤਰੀਕੇ ਨੂੰ ਸਿਸਟਮ ਨੂੰ ਮੈਨੇਜ ਇਹਨਾਂ ਹਾਲਾਤ ਨੂੰ ਮੈਨੇਜ ਕੀਤਾ ਜਾ ਸਕਦਾ ਹੈ ਬਿਲਕੁਲ ਤੁਸੀਂ ਆਪਣੇ ਇਲਾਕੇ ਦੇ ਵਿੱਚ ਵੀ ਜੋ ਉਹ ਮਤਲਬ ਬਿਜ਼ਨਸ ਆ ਜਾਂ ਹੋਰ ਆ ਉਸ ਨੂੰ ਤੁਹਾਡੇ ਮਨ ਦੇ ਵਿੱਚ ਕੋਈ ਪਲੈਨਿੰਗਸ ਹੈਗੀਆਂ ਨੇ ਵੀ ਉਹਨਾਂ ਨੂੰ ਤੁਸੀਂ ਠੀਕ ਠਾਕ ਕਰੋ ਉਹਨਾਂ ਨੂੰ ਕੋਈ ਹੈਲਪਲ ਲੋੜਿੰਦਾ ਹੋਏਗੀ ਉਹ ਦਵਾਂਗੇ ਨਹੀਂ ਦੇਖੋ ਇਸ ਤਰ੍ਹਾਂ ਕੇ ਜਿਹੜਾ ਮੇਰੇ ਆਪਦੇ ਹਲਕੇ ਦੀ ਗੱਲ ਹੈ ਉਹ ਤਾਂ ਜੋ ਇਸ ਟਾਈਮ ਇਹਦੇ ਚ ਆਪਾਂ ਕਹੀਏ ਵੀ ਕੋਈ ਸਪੈਸਿਫਿਕ ਕੋਈ ਐਮਐਲਏ ਆਪਦੇ ਹਲਕੇ ਲਈ ਕੁਝ ਕਰ ਲੂਗਾ ਅਸੀਂ ਤਾਂ ਸਿਰਫ ਗਵਰਨਮੈਂਟ ਨੂੰ ਸੁਜੈਸਟ ਕਰ ਸਕਦੇ ਹਾਂ ਵੇ ਆਊਟਸ ਨੇ ਜਿਹੜੇ ਉਹ ਦੇ ਸਕਦੇ ਆ ਜੋ ਗਵਰਨਮੈਂਟ ਨੂੰ ਫੈਸਿਲਿਟੇਟ ਕਰ ਸਕਦੇ ਹੁਣ ਜੇ ਸਪੋਜ਼ ਗਵਰਨਮੈਂਟ ਚਾਹੇ ਵੀ ਅਸੀਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਅਸੀਂ ਕੋਈ ਇੰਡਸਟਰੀ ਲਾਉਣੀ ਹੈ ਜਾਂ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਉਣਾ ਹੈ ਤੇ ਮੇਰਾ ਕੰਮ ਇਹ ਹੋਊਗਾ ਮੈਂ ਆਸੇ-ਪਾਸੇ ਜਗ੍ਹਾ ਫਾਈਂਡ ਆਊਟ ਕਰਕੇ ਉਹ ਫੈਸਿਲਿਟੇਟ ਗਵਰਨਮੈਂਟ ਨੂੰ ਕਰਦਾ ਪਰ ਜਿਹ ਇਹ ਨੀਤੀ ਬਣਾਉਣ ਦਾ ਕੰਮ ਹੈ ਉਹ ਜਾਂ ਕੇਂਦਰ ਦੀ ਨੀਤੀ ਚਲਣੀ ਹੈ ਐਮਐਮਐਸਐਮਈਜ਼ ਲਈ ਤੇ ਜਾਂ ਸਟੇਟ ਗਵਰਨਮੈਂਟ ਦੀ ਨੀਤੀ ਚਲਣੀ ਹੈ ਉਹਦੇ ਚ ਆਪਾਂ ਉਹੀ ਕਹੀਏ ਵੀ ਹਮ ਆਹ ਕਰ ਦੂ ਮੈਂ ਉਹ ਕਰ ਦੂ ਆਵਾਜੇ ਗੱਪਸੜਪ ਜੇ ਨਾਮੇ ਕਦੇ ਮਾਰੇ ਨੇ ਤੇ ਨਾ ਕਦੇ ਮਾਰਨ ਦਾ ਫਾਇਦਾ ਹੁੰਦਾ ਹਾਂ ਡੈਫੀਨਿਟਲੀ ਯੈਸ ਜਿੱਥੇ ਤੱਕ ਗਵਰਨਮੈਂਟ ਨੂੰ ਪੋਲਿਸੀ ਬਣਾਉਣ ਦਾ ਦੇਣ ਦਾ ਸਵਾਲ ਹੈ ਫੈਸਿਲਿਟੇਟ ਕਰਨ ਦਾ ਸਵਾਲ ਹੈ ਉਹ ਉਹਦੇ ਵਿੱਚ ਆਮ ਆਲਵੇਜ਼ ਅਵੇਲੇਬਲ ਫਾਰ ਗਵਰਨਮੈਂਟ ਬਿਲਕੁਲ ਇਹਨਾਂ ਸ਼੍ਰੀ ਅਮਨ ਅਰੋੜਾ ਜੀ ਜਿਨ੍ਹਾਂ ਨੇ ਇਸ ਜੋ ਲੋਕਡਾਊਨ ਵਿੱਚ ਆਪਣੇ ਵੱਲੋਂ ਬਤਾਏ ਗਏ ਸਮੇਂ ਦੀ ਸਾਡੇ ਨਾਲ ਚਰਚਾ ਕੀਤੀ ਹੈਗੀ ਉੱਥੇ ਹੀ ਉਹਨਾਂ ਨੇ ਨੀਤੀਕਾਰਾਂ ਤੇ ਸਰਕਾਰਾਂ ਵੱਲੋਂ ਇਸ ਲੋਕਡਾਊਨ ਦੇ ਦੌਰਾਨ ਜਿਸ ਤਰ੍ਹਾਂ ਦੀਆਂ ਨੀਤੀਆਂ ਰੱਖਿਆ ਗਿਆ ਨੇ ਉਹਨਾਂ ਦੇ ਉੱਤੇ ਵੀ ਕਈ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਨੇ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਆਰਐਨ ਕਾਉਂਸਲ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਸੰਗਰੂਰ